ਸਤਿ ਸ਼੍ਰੀ ਅਕਾਲ ਜੀ, ਮੈਂ ਜਸਵਿੰਦਰ ਕੌਰ ਪਿੰਡ ਮਧੇਕੇ ਤੋਂ ਬੋਲਦੀ ਹਾਂ ਜੀ। ਮੇਰੇ ਬਹੁਤ ਜ਼ਿਆਦਾ ਪੇਨ ਹੁੰਦਾ ਸੀ ਜੀ, ਬਹੁਤ ਜ਼ਿਆਦਾ ਹੀ ਦਰਦ ਹੁੰਦਾ ਸੀ ਅਤੇ ਮੇਰੇ ਬਲੱਡ ਵੀ ਬਹੁਤ ਪੈਂਦਾ ਸੀ। ਮੈਂ ਕਈਆਂ ਦਵਾਈਆਂ ਲਈਆਂ ਜੀ, ਪਤਾ ਹੀ ਨਹੀਂ ਲੱਗਿਆ। ਫਿਰ ਅਸੀਂ ਇੱਥੇ ਆਏ ਸੀ, ਸਕੈਨ ਕਰਵਾਈ। ਸਕੈਨ 'ਚ ਮੇਰੇ 5 ਰਸੌਲੀਆਂ ਆਈਆਂ। ਉਸ ਕਰਕੇ ਮੈਨੂੰ ਬਹੁਤ ਟੈਨਸ਼ਨ ਹੋ ਗਈ ਸੀ ਜੀ, ਬਹੁਤ ਜ਼ਿਆਦਾ ਹੀ ਡਰ ਗਈ ਸੀ ਕਿ 5 ਰਸੌਲੀਆਂ ਮੈਂ ਕਦੇ ਸੁਣੀਆਂ ਹੀ ਨਹੀਂ ਸੀ। ਮੈਂ ਕਹਿੰਦੀ ਸੀ 1 ਰਸੌਲੀ ਹੁੰਦੀ ਆ ਬੱਚੇਦਾਨੀ 'ਚ। ਅਤੇ ਫਿਰ ਅਸੀਂ ਬਹੁਤ ਡਾਕਟਰਾਂ ਕੋਲ ਗਏ ਜੀ, ਅਸੀਂ ਲੁਧਿਆਣੇ ਵੀ ਗਏ, ਚੰਡੀਗੜ੍ਹ ਗਏ ਜੀ। ਸਾਨੂੰ ਬਸ ਸਾਰੇ ਕਹਿਣ ਲੱਗੇ ਕਿ ਤੁਹਾਡਾ ਓਪਨ ਓਪਰੇਸ਼ਨ ਹੋਊਗਾ ਜੀ। ਮੈਂ ਬਹੁਤ ਜ਼ਿਆਦਾ ਡਰਦੀ ਸੀ, ਬਸ ਉਹ ਇੱਕ ਗੱਲ 'ਚ ਕਹਿੰਦੀ ਸੀ ਵੀ ਆ ਜਾਓ ਜੀ, ਓਪਰੇਸ਼ਨ ਕਰਾ ਦਿਓ। ਪਰ ਮੈਂ ਬਹੁਤ ਡਰੀ ਹੋਈ ਸੀ ਜੀ। ਫਿਰ ਮੈਂ ਆਪਣੇ ਬ੍ਰਦਰ ਕੋਲ ਗੱਲ ਕਰੀ ਜੀ, ਮੇਰੇ ਬ੍ਰਦਰ ਨੇ ਦੱਸਿਆ ਕਿ ਆਪਣੀ ਤਾਂ ਮੰਮੀ ਦਾ ਇੱਥੋਂ ਮੋਗੇ ਤੋਂ ਓਪਰੇਸ਼ਨ ਹੋਇਆ, ਤੁਸੀਂ ਕਿਉਂ ਇੰਨੀ ਦੂਰ ਦੂਰ ਜਾਂਦੇ ਹੋ? ਅਤੇ ਫਿਰ ਅਸੀਂ ਮੈਂ ਮੇਰੀ ਮੰਮੀ ਵੀ ਕਹਿੰਦੇ ਸੀ ਵੀ ਡਰਨਾ, ਪਰ ਮੈਂ ਫਿਰ ਵੀ ਬਹੁਤ ਜ਼ਿਆਦਾ ਡਰਦੀ ਸੀ। ਉਹ ਕਹਿੰਦੇ ਸੀ ਵੀ ਮੇਰਾ ਓਪਰੇਸ਼ਨ ਹੋਇਆ ਤੂੰ ਡਰਨਾ, ਪਰ ਮੈਂ ਡਰਦੀ ਬਹੁਤ ਜ਼ਿਆਦਾ ਸੀ। ਫਿਰ ਮੇਰੇ ਬ੍ਰਦਰ ਸਾਨੂੰ ਇੱਥੇ ਅਮਿਤ ਸੂਦ ਡਾਕਟਰ ਕੋਲ ਲੈ ਕੇ ਆਏ ਮੋਗੇ। ਅਤੇ ਅਸੀਂ ਇੱਥੇ ਆਏ, ਡਾਕਟਰ ਸਾਰੀ ਨੇ ਸਾਨੂੰ ਅੰਦਰ ਸੱਦਿਆ, ਗੱਲਬਾਤ ਕਰੀ, ਨਾਲੇ ਸੁਣੀ ਸਾਡੀ। ਇਹ ਜਾਣ ਕੇ ਮੈਨੂੰ ਇਹਨਾਂ ਦੇ ਗੱਲਬਾਤ ਕਰਨ ਨਾਲ ਬਹੁਤ ਜ਼ਿਆਦਾ ਹੀ ਮਹਿਸੂਸ ਹੋਇਆ ਕਿ ਮੈਨੂੰ ਹੁਣ ਡਰ ਨਹੀਂ ਲੱਗਣਾ ਹੈਗਾ। ਇਹਨਾਂ ਨੇ ਮੈਨੂੰ ਗੱਲਾਂ ਦੇ ਵਿੱਚ ਹੀ ਡਰ ਲੱਗਣੋਂ ਹਟਾਤਾ ਜੀ। ਅਤੇ ਬਾਕੀ ਜੀ ਇਹਨਾਂ ਦੇ ਆਏ ਆ ਸਟਾਫ ਸੀ, ਮੈਨੂੰ ਸਾਰਾ ਸਟਾਫ ਮਿਲਿਆ, ਆਪਦੀ ਫੈਮਿਲੀ ਵਾਂਗੂ ਲੱਗਿਆ। ਅਤੇ ਇਹਨਾਂ ਨੇ ਵੀ ਮੈਨੂੰ ਬਹੁਤ ਕਿਹਾ ਵੀ ਕਿ ਨਹੀਂ ਆਂਟੀ ਡਰ ਨਹੀਂ ਲੱਗੇਗਾ। ਅਤੇ ਚੱਲ ਮੈਨੂੰ ਬਹੁਤ ਡਰ ਘੱਟ ਗਿਆ ਸੀ ਜੀ, ਪਰ ਮੈਨੂੰ ਥੋੜ੍ਹਾ ਥੋੜ੍ਹਾ ਚੱਤ 'ਚ ਸੀ ਕਿ ਮੇਰਾ ਕੋਈ ਵੀ ਓਪਰੇਸ਼ਨ ਨਹੀਂ ਸੀ ਹੋਇਆ, ਇੱਕ ਵੀ ਓਪਰੇਸ਼ਨ। ਮੈਂ ਡਰ ਇਸੇ ਕਰਕੇ ਡਰ ਰਹੀ ਸੀ। ਜਦ ਅਸੀਂ ਆਏ ਅਤੇ ਡਾਕਟਰ ਸਾਹਿਬ ਨੇ ਸਾਨੂੰ ਸੱਦਿਆ ਕਿ ਓਪਰੇਸ਼ਨ ਕੀਤਾ ਮੇਰਾ, ਪਰ ਮੈਨੂੰ ਜਮ੍ਹਾਂ ਹੀ ਪਤਾ ਨਹੀਂ ਲੱਗਿਆ ਵੀ ਮੇਰਾ ਓਪਰੇਸ਼ਨ ਹੋ ਗਿਆ। ਬਸ ਜਦ ਮੈਨੂੰ ਹੋਸ਼ ਆਇਆ ਬਾਅਦ ਵਿੱਚ ਦੀ, ਮੈਨੂੰ ਵੀ ਇਹ ਸਟਾਫ ਨੇ ਪੁੱਛਿਆ ਕਿ ਮੇਰਾ ਓਪਰੇਸ਼ਨ ਹੋ ਗਿਆ, ਉਹ ਕਹਿੰਦੇ ਹੋ ਗਿਆ। ਵੀ ਮੈਨੂੰ ਜਮ੍ਹਾਂ ਹੀ ਮਹਿਸੂਸ ਨਹੀਂ ਹੋਇਆ ਵੀ ਮੇਰਾ ਓਪਰੇਸ਼ਨ ਹੋ ਗਿਆ। ਅੱਜ ਵੀ ਬਹੁਤ ਠੀਕ ਹਾਂ ਸਾਈ, ਮੈਂ ਕੰਮ ਵੀ ਕਰਦੀ ਹਾਂ। ਅਤੇ ਅੱਜ 15 ਹੋ ਗਏ ਸੀ, ਅੱਜ ਟਾਂਕੇ ਕਟਾਉਣ ਆਏ ਸੀ ਅਤੇ ਟਾਂਕੇ ਕੱਟਿਆ, ਬਹੁਤ ਵਧੀਆ ਸੁੱਕੇ ਪਏ ਟਾਂਕੇ। ਉਹ ਕਹਿੰਦੇ ਵੀ ਡਾਕਟਰ ਸਾਹਿਬ ਕੁਛ ਖਾ ਪੀ ਸਾਰੀ ਚੀਜ਼ ਹਜ਼ਮ ਆਉਂਦੀ ਆ ਅਤੇ ਕੰਮ ਵੀ ਮੈਂ ਸਾਰਾ ਕਰ ਲੈਂਦੀ ਹਾਂ। ਵੀ ਕੁਛ ਨਹੀਂ, ਮੈਨੂੰ ਐਂ ਲੱਗਿਆ ਕਿ ਮੇਰਾ ਓਪਰੇਸ਼ਨ ਹੋਇਆ ਸਮਝੀ, ਨੋਰਮਲ ਵੀ ਮੈਨੂੰ ਐਂ ਨਹੀਂ ਲੱਗਿਆ ਵੀ ਬਸ ਠੀਕ ਹੀ ਹਾਂ। ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਆਪਦੀਆਂ ਭੈਣਾਂ ਨੂੰ ਵੀ ਜੇ ਕਿਸੇ ਭੈਣ ਨੂੰ ਇਹੋ ਜਿਹੀ ਕੋਈ ਤਕਲੀਫ ਆ, ਪੇਨ ਹੁੰਦਾ ਕੋਈ, ਅਤੇ ਉਹ ਵੀ ਬਹੁਤ ਦੂਰ ਤੱਕ ਨਾ ਜਾਣਗੇ। ਜੇ ਲੁਧਿਆਣੇ ਚੰਡੀਗੜ੍ਹ ਕੋਈ ਜਾਣ ਦੀ ਦੂਰ ਨਹੀਂ, ਆਪਣੇ ਪਿੰਡ ਮੋਗਾ ਅਮਿਤ ਸੂਦ ਡਾਕਟਰ ਪੈਂਦਾ, ਇਹਨੂੰ ਆ ਕੇ ਮਿਲਣ ਅਤੇ ਆਪਦਾ ਪਰੇਸ਼ਾਨੀ ਦਾ ਹੱਲ ਕਰਨ। ਕਿਉਂਕਿ ਆਪਾਂ ਨੂੰ ਬਹੁਤ ਦੂਰ ਜਾਣ ਦੀ ਲੋੜ ਨਹੀਂ ਜਦੋਂ ਆਪਣੇ ਨੇੜੇ ਹੀ ਮੋਗਾ ਦੇ ਵਿੱਚ ਡਾਕਟਰ ਬੈਠੇ ਆ ਅਤੇ ਇਹੀ ਇਲਾਜ ਵਧੀਆ ਕਰਦੇ ਆ। ਫਿਰ ਆਪਾਂ ਕਿਉਂ ਜਾਈਏ, ਕਿਉਂਕਿ ਬੱਚੇਦਾਨੀ ਦਾ ਮੇਰੇ ਹੁਣ ਬੱਚੇਦਾਨੀ ਵੀ ਕਢਾਈ ਆ, ਨਾਲ ਰਸੌਲੀਆਂ ਸਾਰਾ ਕੀਤਾ ਅਤੇ ਵੀ ਸਾਰੇ ਓਪਰੇਸ਼ਨ ਇਹ ਕਰਦੇ ਆ। ਇਹਨਾਂ ਕੋਲ ਆ ਕੇ ਕਰਾਓ। ਧੰਨਵਾਦ।